ਵੈਦ ਰਣਜੀਤ ਕੁਮਾਰ ਹੁਣਾਂ ਕੋਲ ਪਹੁੰਚੇ ਹਾਂ। ਸਮਾਜ ਦੀ ਬਹੁਤ ਵੱਡੀ ਤ੍ਰਾਸਦੀ ਆ, ਅੱਜ ਕਿਤੇ ਨਾ ਕਿਤੇ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਜਿਹਨੂੰ ਕਹਿੰਦੇ ਆ ਉਹ ਵਗ ਰਿਹਾ। ਬਿਲਕੁਲ, ਬਹੁਤ ਸਾਰੇ ਸਮਾਜ ਦੇ ਜਿਹੜੇ ਆ ਮਾਪੇ ਪਰੇਸ਼ਾਨ ਨੇ ਔਲਾਦ ਤੋਂ ਜੋ ਨਸ਼ਿਆਂ ਵਿੱਚ ਲੱਗੀ ਹੋਈ ਆ, ਤੁਹਾਡੇ ਵੱਲੋਂ ਜਿਹੜਾ ਕੀ ਅਵਿਸ਼ਕਾਰ ਜਿਹੜਾ ਨਵਾਂ ਕੀਤਾ ਗਿਆ ਕਿ ਜਿਹੜਾ ਉਹਨਾਂ ਨੂੰ ਨਸ਼ਿਆਂ ਚੋਂ ਬਾਹਰ ਕੱਢਿਆ ਜਾ ਸਕੇ? ਕਹਾਂਗੇ ਅਸੀਂ ਇੱਕ ਬਹੁਤ ਹੀ ਵਧੀਆ ਅਵਿਸ਼ਕਾਰ, ਬਹੁਤ ਹੀ ਵਧੀਆ ਨੁਸਖਾ ਲੈ ਕੇ ਆਏ ਹਾਂ। ਅੱਜ ਨਹੀਂ, ਕਾਫੀ ਸਾਲਾਂ ਤੋਂ ਅਸੀਂ ਲੋਕਾਂ ਦੀ ਇਹ ਸੇਵਾ ਕਰ ਰਹੇ ਹਾਂ। ਸੋ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਲੋਕ ਇਹ ਨਸ਼ੇ ਦੀ ਲੱਤ ਤੋਂ, ਇਹ ਨਸ਼ੇ ਦੀ ਐਡਿਕਸ਼ਨ ਤੋਂ ਨਸ਼ੇ ਨੂੰ ਅਲਵਿਦਾ ਕਹਿ ਚੁੱਕੇ ਨੇ ਅਤੇ ਉਹਨਾਂ ਦਾ ਜਿਹੜਾ ਜੀਵਨ ਬੜਾ ਤੰਦਰੁਸਤੀ ਦਾ। ਖੋ ਸਕਦੇ ਹਾਂ, ਵੈਸੇ ਆਪਾਂ ਦੇਖ ਰਹੇ ਹਾਂ ਬਹੁਤ ਸਾਰੇ ਮਾਵਾਂ ਦੇ ਪੁੱਤ ਨਸ਼ੇ ਦੇ ਨਾਲ ਓਵਰਡੋਜ਼ ਲੈ ਕੇ, ਆਪਾਂ ਬਹੁਤ ਸਾਰੇ ਵੀਡੀਓ ਦੇਖਦੇ ਹਾਂ ਬਾਹਰ ਨਾਲਿਆਂ ਚੋਂ, ਰੋਡਾਂ ਦੇ ਉੱਤੋਂ, ਕਿਤੇ ਵਿਰਾਨਾ ਜਗ੍ਹਾ ਦੇ ਉੱਤੇ ਪਈਆਂ ਆਪਾਂ ਨੂੰ ਜਿਹੜੀਆਂ ਇਹਨਾਂ ਬੱਚਿਆਂ ਦੀਆਂ ਡੈੱਡ ਬਾਡੀਆਂ ਮਿਲਦੀਆਂ। ਜਦ ਆਪਾਂ ਦੇਖਦੇ ਹਾਂ ਕਿ ਜਿਹੜਾ ਇੰਜੈਕਟ ਕੀਤਾ ਹੁੰਦਾ ਓਵਰਡੋਜ਼ ਲਈ ਹੁੰਦੀ ਆ, ਉਹ ਜਿਹੜੀਆਂ ਨੀਡਲ ਵੀ ਉਹ ਵਿੱਚੇ ਹੁੰਦੀਆਂ ਉਹਦੇ। ਅੱਛਾ, ਜਿਹੜਾ ਤੁਸੀਂ ਪ੍ਰੋਡਕਟ ਤਿਆਰ ਕੀਤਾ ਹੈਗਾ, ਹਾਂਜੀ, ਇਹਦਾ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਨਸ਼ੇ ਕਰਦਾ ਹੈਗਾ ਉੱਤੇ ਅਸਰ ਕਿਵੇਂ ਸ਼ੁਰੂ ਹੁੰਦਾ? ਬਹੁਤ ਵਧੀਆ ਵੀ ਸਵਾਲ ਆ ਪ੍ਰਦੀਪ ਜੀ ਤੁਹਾਡਾ। ਇਹ ਬਲਿਸ ਪ੍ਰਾਸ਼ ਆ ਔਰ ਇੰਨਾ ਕੁ ਵਧੀਆ ਹੈਗਾ, ਇਹ ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਤੋਂ ਇਹਨੂੰ ਆਪਾਂ ਤਿਆਰ ਕੀਤਾ ਹੈਗਾ ਆ। ਅਤੇ ਇੱਦਾਂ ਨਹੀਂ ਹੈ ਕਿ ਆਪਾਂ ਇਹਨੂੰ ਘਰ ਬਹਿ ਕੇ ਕਿਸੇ ਚੀਜ਼ ਦੇ ਵਿੱਚ ਛੋਟੀ ਛੋਟੀਆਂ ਹਰਬ ਲੈ ਲਈਆਂ ਅਤੇ ਆਪਾਂ ਘੋਲ ਲਈਆਂ ਅਤੇ ਘਰ ਆਪਾਂ ਇਹਦਾ ਮਿਸ਼ਰਣ ਕਰਕੇ ਆਪਾਂ ਇਹਨੂੰ ਘਰ ਤਿਆਰ ਕਰ ਲਿਆ। ਦੂਸਰਾ ਮੁੱਦਾ ਇਹ ਵੀ ਨਹੀਂ ਹੈਗਾ ਕਿ ਬਾਈ ਜੇ ਕੋਈ ਆਇਆ ਤਾਂ ਉਹਨੂੰ ਰਗੜ ਦਿਓ, ਉਹਨੂੰ ਛੇਲ ਦਿਓ, ਪੈਸੇ ਬਣਾਉਣ ਦਾ ਵੀ ਮੁੱਦਾ ਨਹੀਂ ਹੈ। ਜਿਹੜੀ ਖਾਸ ਕਰਕੇ ਜਿਹੜੀ ਮੈਟਾਬੋਲਿਜ਼ਮ ਸਾਡੀ ਰੋਧਕ ਪ੍ਰਤੀਰੋਧਕ ਸ਼ਕਤੀ ਆ ਉਹਨੂੰ ਇਹ ਮਜ਼ਬੂਤ ਕਰ ਦਿੰਦੀ ਹੈ ਅਤੇ ਜਦੋਂ ਜਿਹੜੇ ਨਸ਼ੇ ਦੇ ਟੌਕਸਨ ਆ, ਜਿਹੜੇ ਨਸ਼ੇ ਦੇ ਜਿਹੜੇ ਮਾੜੇ ਸੈੱਲ ਆ, ਉਹ ਵੀ ਸਾਡੇ 'ਤੇ ਜਿਹੜਾ ਪ੍ਰਭਾਵ ਪਾਉਣਾ ਛੱਡ ਦਿੰਦੇ ਹਨ ਅਤੇ ਉਹਨਾਂ ਦੀ ਜਿਹੜੀ ਆਟੋਮੈਟਿਕਲੀ ਆ ਜਿਹੜੀ ਤੋੜ ਆ ਬੋਡੀ ਦੀ ਉਹ ਪ੍ਰਦੀਪ ਜੀ ਬੰਦ ਹੋ ਜਾਂਦੀ ਆ। ਖਾਸ ਕਰਕੇ ਜਿਹੜੇ ਨਸ਼ਾ ਕਰਨ ਵਾਲਿਆਂ ਦੇ ਸਵਾਲ ਇਹੀ ਆ ਵੀ ਬਾਓ ਜੀ ਤੁਹਾਡੀ ਦਵਾਈ ਖਾਣ ਦੇ ਨਾਲ ਸਾਨੂੰ ਕੋਈ ਤੋੜ ਤਾਂ ਨਹੀਂ ਲੱਗੇਗੀ? ਹੁਣ ਤੋੜਾਂ ਵੀ ਬਹੁਤ ਤਰ੍ਹਾਂ ਦੀਆਂ ਪ੍ਰਦੀਪ ਜੀ, ਜਿਵੇਂ ਕਿ ਅੱਛਾ ਨਾਲ ਦੀ ਨਾਲ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਕੋਰਸ ਹੁੰਦੇ ਨੇ ਬਹੁਤ ਲੰਮੇ ਸਮੇਂ ਲਈ ਹੁੰਦੇ ਹੈਗੇ, ਜਿਹਦਾ ਜਿਹੜਾ ਸਮਾਂ ਨਿਰਧਾਰਿਤ ਹੈਗਾ ਉਹ ਕਿੰਨਾ ਹੈ? ਬਿਲਕੁਲ, ਇਹ ਵੀ ਬਹੁਤ ਵਧੀਆ ਤੁਹਾਡਾ ਪੁਆਇੰਟ ਆ ਪ੍ਰਦੀਪ ਜੀ। ਅਤੇ ਇੱਦਾਂ ਨਹੀਂ ਹੈ ਜੀ ਆਪਾਂ ਇਹ ਦਵਾਈ ਸ਼ੁਰੂ ਕਰ ਲਈਏ ਤਾਂ ਹੁਣ ਆਪਾਂ ਕੋਈ ਹੋਰ ਐਡਿਕਸ਼ਨ ਛੱਡ ਦਈਏ ਤਾਂ ਆਪਾਂ ਇਹਦੇ ਨਾਲ ਲੱਗ ਹੈ। ਇਹ ਵੀ ਬਹੁਤ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਉਹਨਾਂ ਦਾ ਸਭ ਤੋਂ ਫਾਸਟ ਹੀ ਸਵਾਲ ਇਹੀ ਹੁੰਦਾ ਉਹਨਾਂ ਦਾ ਕਿ ਮੰਨ ਲਓ ਅਸੀਂ ਤੁਹਾਡੀ ਦਵਾਈ ਖਾਣ ਲੱਗ ਗਏ ਅਤੇ ਕਿਤੇ ਸਾਨੂੰ ਇਹੀ ਤਾਂ ਨਹੀਂ ਲੱਗ ਜਾਊਗੀ? ਹੁਣ ਅੱਜ ਆਪਾਂ ਗੱਲ ਕਰੀਏ ਜੇ ਕਿਸੇ ਨੇ ਭੁੱਕੀ ਛੱਡਣੀ ਆ ਤਾਂ ਉਹਦੀ ਜਗ੍ਹਾ ਉਹ ਓਪੀਅਮ ਅਫੀਮ ਨੂੰ ਦੇ ਦਿੰਦਾ ਆ। ਜੇ ਮੰਨ ਲਓ ਅਫੀਮ ਛੱਡਣੀ ਆ ਉਹ ਕਿਤੇ ਨਾ ਕਿਤੇ ਕਿ ਮੈਡੀਕੇਟਡ ਨਸ਼ਿਆਂ ਦੇ ਨਾਲ ਜੁੜ ਜਾਂਦਾ, ਗੋਲੀਆਂ ਦੇ ਨਾਲ ਜੁੜ ਜਾਂਦਾ। ਅੱਜ ਕੱਲ੍ਹ ਜਿਹੜੀਆਂ ਕਿਤੇ ਨਾ ਕਿਤੇ ਸਾਡੇ ਫਾਇਦੇ ਜਿਹੜੀ ਟ੍ਰੀਟ ਜਿਹੜੇ ਸਾਡੇ ਫਾਇਦੇ ਤਿਆਰ ਕੀਤੇ ਗਏ ਸੀ ਉਹ ਕਿਤੇ ਨਾ ਕਿਤੇ ਸਾਨੂੰ ਅੱਜ ਅਡਿਕਟ ਹੋ ਚੁੱਕੇ ਆ। ਪ੍ਰੈਗਾ ਹੋਇਆ ਜਾਂ ਬਹੁਤ ਸਾਰੀਆਂ ਹੋਰ SR ਗੋਲੀ ਹੋਈ, ਹੋਰ ਵੀ ਬਹੁਤ ਸਾਰੇ ਲਿਕੁਇਡ ਪੀਣ ਵਾਲੇ ਹੈਗੇ ਜਿਹੜੇ ਅਸੀਂ ਆਪਣੀ ਬੋਡੀ ਦੇ ਨਾਲ ਪੂਰੀ ਜ਼ਿੰਦਗੀ ਲਈ ਬੰਨ ਲਿਆ, ਉਹਨਾਂ ਦੇ ਨਾਲ ਆਪਾਂ ਅਡਿਕਟਡ ਹੋ ਗਏ ਹਾਂ। ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੀ ਹੈ ਕਿ ਜੇ ਤੁਸੀਂ ਆਪਣਾ ਇਲਾਜ ਜਾਂ ਟ੍ਰੀਟਮੈਂਟ ਜਾਂ ਐਡਿਕਸ਼ਨ ਚੋਂ ਜਿਹੜਾ ਬਾਹਰ ਆਉਣਾ ਚਾਹੁੰਦੇ ਹੋ ਤਾਂ ਜਿਹੜਾ ਵੈਦ ਜੀ ਉਹਨਾਂ ਦੇ ਨਾਲ ਪੂਰਾ ਸੰਪਰਕ ਰੱਖਿਆ ਕਰੋ। ਇੱਕ ਹੋਰ ਮੇਰਾ ਬਹੁਤ ਲਾਜ਼ਮੀ ਸਵਾਲ ਜਿਹੜਾ ਹੈਗਾ ਕਿ ਜਿੱਥੇ ਗੱਲ ਚਿੱਟੇ ਦੀ ਚੱਲਦੀ ਹੈ ਉੱਥੇ ਕਿਤੇ ਨਾ ਕਿਤੇ ਜਿਹੜੇ ਆ ਸ਼ਰਾਬ ਤੋਂ ਵੀ ਲੋਕ ਪਰੇਸ਼ਾਨ ਨੇ, ਜਾਂ ਜਿਵੇਂ ਤੁਹਾਨੂੰ ਇੰਟਰਵਿਊ ਤੋਂ ਪਹਿਲਾਂ ਇੱਕ ਫੋਨ ਆਇਆ ਹੋਇਆ ਸੀ ਕਿਸੇ ਬਜ਼ੁਰਗ ਦਾ ਕਿ ਮੈਂ ਡੋਡੇ ਛੱਡਣਾ ਚਾਹੁੰਦਾ ਹਾਂ ਪਰ ਛੱਡ ਨਹੀਂ ਪਾ ਰਿਹਾ, ਇਸ ਕੀ ਇਹ ਸਾਰਿਆਂ ਲਈ ਕਾਰਗਰ ਸਾਬਤ ਹੈ? ਬਿਲਕੁਲ ਪ੍ਰਦੀਪ ਜੀ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ,
ਇੱਦਾਂ ਨਹੀਂ ਹੈ ਵੀ ਕਿਸੇ ਇੱਕ ਨਸ਼ੇ ਦੀ ਤੋੜ 'ਤੇ ਕੰਮ ਕਰਦਾ। ਕਿਸੇ ਵੀ ਤਰ੍ਹਾਂ ਦੇ ਨਸ਼ੇ ਨਾਲ ਜੀਵ ਅਡਿਕਟ ਹੈਗਾ, ਚਾਹੇ ਵੱਡਾ ਆ ਚਾਹੇ ਛੋਟਾ ਆ, ਚਾਹੇ ਉਹ 10 ਸਾਲ ਤੋਂ ਨਸ਼ਾ ਕਰ ਰਿਹਾ, ਚਾਹੇ ਉਹ 40 ਸਾਲ ਤੋਂ। ਕਿੰਨੇ ਕਹਿੰਦੇ ਵੀ ਬਹੁਤ ਪੁਰਾਣਾ ਨਸ਼ਾ ਕਰਦੇ ਹਾਂ, ਦੇਖ ਲਓ ਛੱਡ ਜਾਵਾਂਗੇ। ਮਤਲਬ ਇਸ ਚੀਜ਼ ਦੀ 99% ਗਰੰਟੀ ਆ ਕਿ ਉਹ ਪਹਿਲੇ ਦਿਨ ਤੋਂ ਹੀ ਛੱਡੂਗਾ ਬਸ। ਬਿਲਕੁਲ ਪ੍ਰਦੀਪ ਜੀ, ਆਪਣਾ ਐਮਰਾਜ ਆਯੁਰਵੇਦਾ ਆਰ ਕੇ ਆਰ ਹਰਬਲਸ ਦੇ ਨਾਂ 'ਤੇ ਆਪਣਾ ਜਿਹੜਾ ਇਹ ਕੇਅਰ ਸੈਂਟਰ ਹੈਗਾ ਆ, ਮੌਜੂਦ ਰਾਹੋਂ ਸ਼ਹਿਰ ਦੇ ਵਿੱਚ ਹੈਗਾ, ਡਿਸਟ੍ਰਿਕਟ ਨਵਾਂ ਸ਼ਹਿਰ ਰਾਹੋਂ ਦੇ ਵਿੱਚ ਮੌਜੂਦ ਹੈਗਾ, ਨਵਾਂ ਸ਼ਹਿਰ ਰੋਡ ਹੈਗਾ, ਨੇੜੇ ਨੀਅਰ ਕੈਪਟਨ ਪੈਟਰੋਲ ਪੰਪ ਸਾਡੇ ਓਪੋਜਿਟ ਹੈਗਾ, ਨਾਲੇ 13-13 ਕਿਸਾਨ ਹੱਟ ਹੈਗਾ, ਬੜੀ ਸੌਖੀ ਜਿਹੀ ਲੋਕੇਸ਼ਨ ਆ, ਔਨ ਰੋਡ ਹੈਗੀ ਆ, ਬੜੇ ਈਜ਼ਲੀ ਜੇ ਆਪਾਂ ਸਾਡੀ ਲੋਕੇਸ਼ਨ 'ਤੇ ਆ ਸਕਦੇ ਹਾਂ। ਪੰਜਾਬੀ ਵਰਲਡ ਵਾਈਡ, ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਪੰਜਾਬੀ ਵਰਲਡ ਵਾਈਡ ਟੀਵੀ ਦੇ ਨਾਲ ਅਤੇ ਮੈਂ ਪ੍ਰਦੀਪ ਬੈਂਸ ਇੱਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹਾਂ। ਦੋਸਤੋ, ਅਸੀਂ ਅਕਸਰ ਹੈਲਥ ਇਸ਼ੂ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਜਿਸ ਦੇ ਚੱਲਦੇ ਅਸੀਂ ਇੱਕ ਵਾਰ ਫਿਰ ਵੈਦ ਰਣਜੀਤ ਕੁਮਾਰ ਹੋਣਾ ਕੋਲ ਪਹੁੰਚੇ ਹਾਂ। ਸਮਾਜ ਦੀ ਬਹੁਤ ਵੱਡੀ ਤ੍ਰਾਸਦੀ ਆ, ਅੱਜ ਕਿਤੇ ਨਾ ਕਿਤੇ 6ਵਾਂ ਦਰਿਆ ਜਿਹੜਾ ਨਸ਼ਿਆਂ ਦਾ ਜਿਹਨੂੰ ਕਹਿੰਦੇ ਆ ਉਹ ਵਗ ਰਿਹਾ। ਬਿਲਕੁਲ, ਬਹੁਤ ਸਾਰੇ ਸਮਾਜ ਦੇ ਜਿਹੜੇ ਆ ਮਾਪੇ ਪਰੇਸ਼ਾਨ ਨੇ ਔਲਾਦ ਤੋਂ ਜੋ ਨਸ਼ਿਆਂ ਵਿੱਚ ਲੱਗੀ ਹੋਈ ਆ, ਤੁਹਾਡੇ ਵੱਲੋਂ ਜਿਹੜਾ ਕੀ ਅਵਿਸ਼ਕਾਰ ਜਿਹੜਾ ਨਵਾਂ ਕੀਤਾ ਗਿਆ ਕਿ ਜਿਹੜਾ ਉਹਨਾਂ ਨੂੰ ਨਸ਼ਿਆਂ ਚੋਂ ਬਾਹਰ ਕੱਢਿਆ ਜਾ ਸਕੇ? ਬਹੁਤ ਵਧੀਆ ਕੁਐਸਚਨ ਪ੍ਰਦੀਪ ਜੀ। ਪਹਿਲਾਂ ਤਾਂ ਤੁਹਾਡਾ ਪੀਬੀ ਵਰਲਡ ਵਾਲਿਆਂ ਦਾ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਤੁਹਾਡਾ ਸਵਾਗਤ ਕਰਦੇ ਹਾਂ। ਸੋ ਤੁਹਾਡਾ ਬਹੁਤ ਵਧੀਆ ਕੁਐਸਚਨ ਆ ਜੀ। ਵਾਕਿਆ ਇਹ ਜਿਹੜਾ ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ, ਛੋਟੇ ਛੋਟੇ ਬੱਚੇ ਅਤੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਵੱਡੇ ਤੱਕ ਇਹਦੇ ਨਾਲ ਬੜੀ ਬੁਰੀ ਤਰ੍ਹਾਂ ਅਡਿਕਟ ਹੋ ਚੁੱਕੇ ਆ। ਸੋ ਆਪਾਂ ਅੱਜ ਗੱਲ ਕਰਾਂਗੇ, ਅਸੀਂ ਇੱਕ ਬਹੁਤ ਹੀ ਵਧੀਆ ਵਿਸ਼ਕਾਰ, ਬਹੁਤ ਹੀ ਵਧੀਆ ਨੁਸਖਾ ਲੈ ਕੇ ਆਏ ਹਾਂ। ਅੱਜ ਨਹੀਂ, ਕਾਫੀ ਸਾਲਾਂ ਤੋਂ ਅਸੀਂ ਲੋਕਾਂ ਦੀ ਇਹ ਸੇਵਾ ਕਰ ਰਹੇ ਹਾਂ। ਸੋ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਲੋਕ ਇਹ ਨਸ਼ੇ ਦੀ ਲੱਤ ਤੋਂ, ਇਹ ਨਸ਼ੇ ਦੀ ਐਡਿਕਸ਼ਨ ਤੋਂ ਨਸ਼ੇ ਨੂੰ ਅਲਵਿਦਾ ਕਹਿ ਚੁੱਕੇ ਨੇ ਅਤੇ ਉਹਨਾਂ ਦਾ ਜਿਹੜਾ ਜੀਵਨ ਬੜਾ ਤੰਦਰੁਸਤੀ ਦਾ ਹੋ ਗਿਆ ਹੈ। ਵੈਸੇ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਜਿਹੜਾ ਨਸ਼ਾ ਆ ਇੱਕ ਬਹੁਤ ਵੱਡੀ ਸਮਾਜਿਕ ਬੁਰਾਈ ਹੈਗੀ ਆ। ਜੇ ਆਪਾਂ ਇਹਨਾਂ ਦੀ ਲੱਛਣਾਂ ਦੀ ਗੱਲ ਕਰੀਏ, ਸ਼ੁਰੂਆਤੀ ਆਪਾਂ ਗੱਲ ਕਰੀਏ, ਤਾਂ ਜਿਹੜੇ ਛੋਟੀ ਉਮਰ ਦੇ ਬੱਚੇ ਆ ਇਹਨਾਂ ਅਡਿਕਟ ਕਿੱਦਾਂ ਹੁੰਦੇ ਆ? ਦੇਖੋ, ਖੁਸ਼ੀ, ਹਰ ਬੱਚਾ ਅੱਜ ਖੁਸ਼ੀ ਚਾਹੁੰਦਾ, ਆਨੰਦ ਫੀਲ ਚਾਹੁੰਦਾ ਆ, ਠੀਕ ਆ ਜੀ, ਕਿਉਂਕਿ ਇਹਦੇ ਵਿੱਚੋਂ ਕੁਛ ਟਾਈਮ ਲਈ ਵਾਕਿਆ ਹੀ ਉਹ ਆਨੰਦ ਮਿਲਦਾ ਜਿਹੜਾ ਉਹਨਾਂ ਨੂੰ ਪ੍ਰਦੀਪ ਜੀ ਚਾਹੀਦਾ ਆ, ਨਕਲੀ ਆਨੰਦ ਕਹਿ ਸਕਦੇ। ਹਾਂ, ਟੈਂਪਰੇਰਲੀ ਆਪਾਂ ਉਹਨੂੰ ਆਨੰਦ ਕਹਿ ਸਕਦੇ ਹਾਂ, ਥੋੜੇ ਟਾਈਮ ਲਈ ਉਹਨਾਂ ਨੂੰ ਆਨੰਦ ਜ਼ਰੂਰ ਮਿਲਦਾ ਆ, ਪਰ ਵਿਚਾਰੇ ਉਹ ਇਹ ਭੁੱਲ ਚੁੱਕੇ ਹਨ, ਭੁੱਲ ਚੁੱਕੇ ਹਨ ਕਿ ਅਸੀਂ ਇਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਲੰਮੇ ਟਾਈਮ ਲਈ ਅਡਿਕਟ ਹੋ ਜਾਵਾਂਗੇ ਅਤੇ ਹੋ ਸਕਦਾ ਅਸੀਂ ਆਪਣੀ ਜ਼ਿੰਦਗੀ ਵੀ ਇਸ ਨਸ਼ੇ ਦੇ ਨਾਲ ਅਡਿਕਟ ਹੋ ਕੇ ਖੋ ਸਕਦੇ ਹਾਂ। ਵੈਸੇ ਆਪਾਂ ਦੇਖੇ ਰਹੇ ਹਾਂ ਬਹੁਤ ਸਾਰੇ ਮਾਮਾ ਦੇ ਪੁੱਤ ਨਸ਼ੇ ਦੇ ਨਾਲ ਓਵਰਡੋਜ਼ ਲੈ ਕੇ, ਆਪਾਂ ਬਹੁਤ ਸਾਰੇ ਵੀਡੀਓ ਦੇਖਦੇ ਹਾਂ ਬਾਹਰ ਨਾਲਿਆਂ ਚੋਂ, ਰੋਡਾਂ ਦੇ ਉੱਤੋਂ, ਕਿਤੇ ਵਿਰਾਨਾ ਜਗ੍ਹਾ ਦੇ ਉੱਤੇ ਪਈਆਂ ਆਪਾਂ ਨੂੰ ਜਿਹੜੀਆਂ ਇਹਨਾਂ ਬੱਚਿਆਂ ਦੀਆਂ ਡੈੱਡ ਬਾਡੀਆਂ ਮਿਲਦੀਆਂ। ਜਦ ਆਪਾਂ ਦੇਖਦੇ ਹਾਂ ਕਿ ਜਿਹੜਾ ਇੰਜੈਕਟ ਕੀਤਾ ਹੁੰਦਾ ਓਵਰਡੋਜ਼ ਲਈ ਹੁੰਦੀ ਆ, ਉਹ ਜਿਹੜੀਆਂ ਨੀਡਲ ਵੀ ਉਹ ਵਿੱਚੇ ਹੁੰਦੀਆਂ ਉਹਦੇ। ਅੱਛਾ, ਜਿਹੜਾ ਤੁਸੀਂ ਪ੍ਰੋਡਕਟ ਤਿਆਰ ਕੀਤਾ ਹੈਗਾ, ਹਾਂਜੀ, ਇਹਦਾ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਨਸ਼ੇ ਕਰਦਾ ਹੈਗਾ ਉਹਦੇ 'ਤੇ ਅਸਰ ਕਿਵੇਂ ਸ਼ੁਰੂ ਹੁੰਦਾ? ਬਹੁਤ ਵਧੀਆ ਵੀ ਸਵਾਲ ਆ ਪ੍ਰਦੀਪ ਜੀ ਤੁਹਾਡਾ। ਇਹ ਬਲਿਸ ਪ੍ਰਾਸ਼ ਆ ਔਰ ਇੰਨਾ ਕੁ ਵਧੀਆ ਹੈਗਾ, ਇਹ ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਤੋਂ ਇਹਨੂੰ ਆਪਾਂ ਤਿਆਰ ਕੀਤਾ ਹੈਗਾ ਆ, ਅਤੇ ਇੱਦਾਂ ਨਹੀਂ ਹੈ ਕਿ ਆਪਾਂ ਇਹਨੂੰ ਘਰੇ ਬਹਿ ਕੇ ਕਿਸੇ ਚੀਜ਼ ਦੇ ਵਿੱਚ ਛੋਟੀ ਛੋਟੀਆਂ ਹਰਬ ਲੈ ਲਈਆਂ ਅਤੇ ਆਪਾਂ ਘੋਲ ਲਈਆਂ ਅਤੇ ਘਰੇ ਆਪਾਂ ਇਹਦਾ ਮਿਸ਼ਰਣ ਕਰਕੇ ਆਪਾਂ ਇਹਨੂੰ ਘਰੇ ਤਿਆਰ ਕਰ ਲਿਆ। ਦੂਸਰਾ ਮੁੱਦਾ ਇਹ ਵੀ ਨਹੀਂ ਹੈਗਾ ਕਿ ਬਾਈ ਜੇ ਕੋਈ ਆਇਆ ਤਾਂ ਉਹਨੂੰ ਰਗੜ ਦਿਓ, ਉਹਨੂੰ ਛੇਲ ਦਿਓ, ਪੈਸੇ ਬਣਾਉਣ ਦਾ ਵੀ ਮੁੱਦਾ ਨਹੀਂ ਹੈ। ਮੇਨ ਪਰਪਸ ਇਹਦੇ ਵਿੱਚ ਇਹ ਵੀ ਹੈਗਾ ਸਾਡਾ ਕਿ ਲੋਕਾਂ ਦਾ ਭਲਾ ਹੋ ਸਕੇ,
ਭਲਾ ਹੋ ਸਕੇ, ਉਹਨਾਂ ਮਾਮਾ ਦੇ ਪੁੱਤ ਬਚ ਸਕਣ। ਸੋ ਇਹਦੇ ਵਿੱਚ ਪ੍ਰਦੀਪ ਜੀ ਕੁਦਰਤ ਦੀਆਂ ਦਿੱਤੀਆਂ ਬਹੁਤ ਸਾਰੀਆਂ ਨਿਆਮਤਾਂ ਹੈਗੀਆਂ ਇਹਦੇ ਵਿੱਚ, ਜਿੱਦਾਂ ਅਸ਼ਵਗੰਧਾ ਹੋਇਆ, ਜਿੱਦਾਂ ਸ਼ਿਲਾਜੀਤ ਹੋਇਆ, ਜਿੱਦਾਂ ਸ਼ੁੱਧ ਕੁਚਲਾ ਹੋਇਆ, ਜਿਵੇਂ ਕਿ ਤਿਲ ਹੋਏ, ਜਿਵੇਂ ਕਿ ਖਸਖਸ ਹੋਈ, ਹੋਰ ਵੀ ਬਹੁਤ ਸਾਰੇ ਇਨਗਰੀਡੀਅੰਟ ਇਹਦੇ ਵਿੱਚ ਪਾ ਕੇ ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਦੇ ਨਾਲ ਇਹਨੂੰ ਇਸ ਬਲੈਸ਼ ਪਰਾਸ਼ ਨੂੰ ਆਪਾਂ ਤਿਆਰ ਕੀਤਾ। ਇਹ ਕਰਦਾ ਕੀ ਆ, ਸਾਡੀ ਬੋਡੀ ਦੀ ਜਿਹੜੀ ਇਮਿਊਨਿਟੀ ਆ, ਨਸ਼ਿਆਂ ਦੇ ਕਾਰਨ ਜਿਹੜੇ ਸਾਡੇ ਅੰਦਰੂਨੀ ਅੰਗ ਹੈਗੇ ਆ, ਹਾਰਟ ਹੈਗਾ, ਲੀਵਰ ਹੈਗਾ, ਸਾਡੇ ਹੰਗਸ ਫੇਫੜੇ ਹੈਗੇ ਆ, ਜਾਂ ਹੋਰ ਵੀ ਬਹੁਤ ਸਾਰੇ ਬੋਡੀ ਦੇ ਹੈ ਜਿਹੜੇ ਬਹੁਤ ਹੀ ਜ਼ਰੂਰੀ ਜਿਹੜੇ ਸਾਡੇ ਬੋਡੀ ਦੇ ਉੱਤੇ ਵਰਕ ਕਰਦੇ ਆ, ਉਹ ਜਿਹੜੇ ਅੰਗ ਆ ਜਦੋਂ ਇਹ ਨਸ਼ਿਆਂ ਦੇ ਨਾਲ ਅਡਿਕਟ ਹੋ ਕੇ ਕਿਤੇ ਨਾ ਕਿਤੇ ਡੈਮੇਜ ਵਾਲੀ ਪਾਸੇ ਚਲ ਜਾਂਦੇ, ਡੈਮੇਜ ਦੀ ਤਦਾਦ ਦੇ ਵਿੱਚ ਚਲ ਜਾਂਦੇ ਆ, ਇਹ ਉਹਨਾਂ ਨੂੰ ਰੀਐਕਟੀਵੇਟ ਕਰਦੇ ਆ, ਔਰ ਸਾਡੀ ਜਿਹੜੀ ਖਾਸ ਕਰਕੇ ਜਿਹੜੀ ਮੈਟਾਬੋਲਿਜ਼ਮ, ਸਾਡੀ ਰੋਧਕ ਪ੍ਰਤੀਰੋਧਕ ਸ਼ਕਤੀ ਆ, ਉਹਨੂੰ ਇਹ ਮਜ਼ਬੂਤ ਕਰ ਦਿੰਦੀ ਹੈ। ਅਤੇ ਜਦੋਂ ਜਿਹੜੇ ਨਸ਼ੇ ਦੇ ਟੌਕਸਨ ਆ, ਜਿਹੜੇ ਨਸ਼ੇ ਦੇ ਜਿਹੜੇ ਮਾੜੇ ਸੈੱਲ ਆ, ਉਹ ਵੀ ਸਾਡੇ 'ਤੇ ਜਿਹੜਾ ਪ੍ਰਭਾਵ ਪਾਉਣਾ ਛੱਡ ਦਿੰਦੇ ਹਨ, ਅਤੇ ਉਹਨਾਂ ਦੀ ਜਿਹੜੀ ਆਟੋਮੈਟਿਕਲੀ ਆ ਜਿਹੜੀ ਤੋੜ ਆ ਬੋਡੀ ਦੀ, ਉਹ ਪ੍ਰਦੀਪ ਜੀ ਬੰਦ ਹੋ ਜਾਂਦੀ ਆ। ਖਾਸ ਕਰਕੇ ਜਿਹੜੇ ਨਸ਼ਾ ਕਰਨ ਵਾਲਿਆਂ ਦੇ ਸਵਾਲ ਇਹੀ ਆ ਵੀ ਬਾਓ ਜੀ ਤੁਹਾਡੀ ਦਵਾਈ ਖਾਣ ਦੇ ਨਾਲ ਸਾਨੂੰ ਕੋਈ ਤੋੜ ਤਾਂ ਨਹੀਂ ਲੱਗੂਗੀ। ਹੁਣ ਤੋੜਾਂ ਵੀ ਬਹੁਤ ਤਰ੍ਹਾਂ ਦੀਆਂ ਪ੍ਰਦੀਪ ਜੀ, ਜਿਵੇਂ ਕਿ ਨੱਕ ਦੇ ਵਿੱਚੋਂ ਪਾਣੀ ਆਉਣਾ, ਛਿੱਕਾਂ ਲੱਗ ਜਾਣੀਆਂ, ਜ਼ੁਕਾਮ ਹੋ ਜਾਣਾ, ਹੱਡ ਭੰਨਣੀ ਲੱਗਣੀ, ਸ਼ਿਵਰਿੰਗ ਲੱਗਣੀ, ਫੀਵਰ ਹੋ ਜਾਣਾ, ਝਟਕੇ ਲੱਗਣੇ ਆ, ਤਾਂ ਸਭ ਤੋਂ ਵੱਡਾ ਬੰਦਾ ਮਾਨਸਿਕ ਹੋ ਜਾਂਦਾ, ਨੀਂਦ ਨਹੀਂ ਆਉਂਦੀ। ਠੀਕ ਆ, ਜਦੋਂ ਨੀਂਦ ਨਹੀਂ ਆਉਂਦੀ ਤਾਂ ਕੋਈ ਬੜਾ ਪਰੇਸ਼ਾਨ ਹੁੰਦਾ, ਅਤੇ ਫਿਰ ਇਹ ਐਡਿਕਸ਼ਨ ਲੈਣ ਨੂੰ ਉਹ ਬੰਦਾ ਨੱਠਦਾ। ਇਹੋ ਜਿਹੀਆਂ ਸਾਰੀਆਂ ਸਮੱਸਿਆਵਾਂ ਦਾ ਪਹਿਲੇ ਦਿਨ ਤੋਂ ਇਹ ਜਿਹੜੀ ਦਵਾਈ ਆ, ਜਿਹੜਾ ਇਹ ਨੁਸਖਾ ਆ, ਜਿਹੜਾ ਇਹ ਯੋਗ ਆ, ਉਹਦਾ ਬਾ ਖੂਬੀ ਬਾ ਕਮਾਲ ਸਮਾਧਾਨ ਕਰਦਾ। ਪਹਿਲੇ ਦਿਨ ਤੋਂ ਇਹ ਸਾਰੀਆਂ ਤੂੜਾਂ ਉਹਦੀਆਂ ਖਤਮ ਕਰ ਦਿੰਦਾ ਜੀ ਇਹ। ਅੱਛਾ, ਨਾਲ ਦੀ ਨਾਲ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਕੋਰਸ ਹੁੰਦੇ ਨੇ ਬਹੁਤ ਲੰਬੇ ਸਮੇਂ ਲਈ ਹੁੰਦੇ ਹੈਗੇ, ਜਿਹਦਾ ਜਿਹੜਾ ਸਮਾਂ ਨਿਰਧਾਰਿਤ ਹੈਗਾ ਉਹ ਕਿੰਨਾ ਹੈਗਾ? ਬਿਲਕੁਲ, ਇਹ ਵੀ ਬਹੁਤ ਵਧੀਆ ਤੁਹਾਡਾ ਪੁਆਇੰਟ ਆ ਪ੍ਰਦੀਪ ਜੀ। ਤੇ ਇਦਾਂ ਨਹੀਂ ਹੈ ਜੀ, ਆਪਾਂ ਇਹ ਦਵਾਈ ਸ਼ੁਰੂ ਕਰ ਲਈਏ ਤਾਂ ਹੁਣ ਆਪਾਂ ਕੋਈ ਹੋਰ ਐਡਿਕਸ਼ਨ ਛੱਡ ਦਈਏ ਤਾਂ ਆਪਾਂ ਇਹਦੇ ਨਾਲ ਲੱਗ ਹੈ। ਇਹ ਵੀ ਬਹੁਤ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ, ਉਹਨਾਂ ਦਾ ਸਭ ਤੋਂ ਫਾਸਟ ਹੀ ਸਵਾਲ ਇਹੀ ਹੁੰਦਾ ਉਹਨਾਂ ਦਾ ਕਿ ਮੰਨ ਲਓ ਅਸੀਂ ਤੁਹਾਡੀ ਦਵਾਈ ਖਾਣ ਲੱਗ ਗਏ ਤੇ ਕਿਤੇ ਸਾਨੂੰ ਇਹੀ ਤਾਂ ਨਹੀਂ ਲੱਗ ਜਾਊਗੀ? ਹੁਣ ਅੱਜ ਆਪਾਂ ਗੱਲ ਕਰੀਏ, ਜੇ ਕਿਸੇ ਨੇ ਭੁੱਕੀ ਛੱਡਣੀ ਆ ਤਾਂ ਉਹਦੀ ਜਗ੍ਹਾ ਉਹ ਓਪੀਅਮ ਅਫੀਮ ਨੂੰ ਦੇ ਦਿੰਦਾ ਆ। ਜੇ ਮੰਨ ਲਓ ਅਫੀਮ ਛੱਡਣੀ ਆ, ਉਹ ਕਿਤੇ ਨਾ ਕਿਤੇ ਕਿ ਮੈਡੀਕੇਟਡ ਨਸ਼ਿਆਂ ਦੇ ਨਾਲ ਜੁੜ ਜਾਂਦਾ, ਗੋਲੀਆਂ ਦੇ ਨਾਲ ਜੁੜ ਜਾਂਦਾ। ਅੱਜ ਕੱਲ੍ਹ ਜਿਹੜੀਆਂ ਕਿਤੇ ਨਾ ਕਿਤੇ ਸਾਡੇ ਫਾਇਦਲੇ ਜਿਹੜੀ ਟ੍ਰੀਟ ਜਿਹੜੇ ਸਾਡੇ ਫਾਇਦਲੇ ਤਿਆਰ ਕੀਤੇ ਗਏ ਸੀ, ਉਹ ਕਿਤੇ ਨਾ ਕਿਤੇ ਸਾਨੂੰ ਅੱਜ ਅਡਿਕਟ ਹੋ ਚੁੱਕੇ ਆ। ਪ੍ਰੈਗਾ ਹੋਇਆ ਜਾਂ ਬਹੁਤ ਸਾਰੀਆਂ ਹੋਰ SR ਗੋਲੀ ਹੋਈ, ਹੋਰ ਵੀ ਬਹੁਤ ਸਾਰੇ ਲਿਕੁਇਡ ਪੀਣ ਵਾਲੇ ਹੈਗੇ ਜਿਹੜੇ ਅਸੀਂ ਆਪਣੀ ਬੋਡੀ ਦੇ ਨਾਲ ਪੂਰੀ ਜ਼ਿੰਦਗੀ ਲਈ ਬੰਨ ਲਿਆ, ਉਹਨਾਂ ਦੇ ਨਾਲ ਆਪਾਂ ਅਡਿਕਟਡ ਹੋ ਗਏ ਹਾਂ। ਸੋ ਇਹੋ ਜਿਹੀਆਂ ਸਾਰੀਆਂ ਜਿੰਨੀਆਂ ਵੀ ਜਿਹੜੀਆਂ ਮੈਡੀਕੇਟਡ ਹੈਗੀਆਂ ਜਾਂ ਸਿੰਥੈਟਿਕ ਹੈਗੀਆਂ ਜਾਂ ਜਿਹੜੇ ਕੁਦਰਤੀ ਨਸ਼ੇ ਆ, ਜਿੱਦਾਂ ਅਫੀਮ ਕਹਿ ਲਓ, ਡੋਡੇ ਕਹਿ ਲਓ, ਪਿਛਲੇ ਟਾਈਮ ਦੇ ਵਿੱਚ ਲੈਂਦੇ ਲੋਕ ਜ਼ਰੂਰ ਸੀ, ਪਰ ਉਹਨਾਂ ਦੇ ਇੰਨੇ ਹਾਰਮਫੁਲ ਨੁਕਸਾਨ ਨਹੀਂ ਹੁੰਦੇ ਸੀ ਜਿੰਨੇ ਕਿ ਅੱਜ ਹੁੰਦੇ, ਕਿਉਂਕਿ ਇਹਦੇ ਵਿੱਚ ਬਿਲਕੁਲ ਕੈਮੀਕਲ ਔਰ ਸਿੰਥੈਟਿਕ ਆ ਰਿਹਾ। ਔਰ ਜਿਹੋ ਜਿਹਾ ਵੀ ਮਰਜ਼ੀ ਨਸ਼ਾ ਹੋਵੇ, ਇਹ ਜਿਹੜਾ ਸਾਡਾ ਬਲਿਸ ਪਰਾਸ਼ ਆ, ਪਹਿਲੇ ਦਿਨ ਤੋਂ ਹੀ ਉਹਨੂੰ ਛੁਡਵਾ ਦਿੰਦਾ ਹੈ। ਔਰ ਅਗਲੀ ਗੱਲ ਮੈਂ ਇਹ ਕਰਨੀ ਚਾਹੁੰਦਾ ਹਾਂ ਵੀ ਜਦੋਂ ਕੋਈ ਸਭ ਤੋਂ ਪੇਸ਼ੈਂਟ ਦਵਾਈ ਲੈ ਕੇ ਜਾਂਦਾ ਨਾ ਪ੍ਰਦੀਪ ਜੀ, ਤੇ ਉਹ ਕਿਤੇ ਨਾ ਕਿਤੇ ਮਿਸਟੇਕ ਕਰਦਾ, ਉਹ ਮਿਸਟੇਕ ਕਿਹੜੀ ਕਰਦਾ ਆ? ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਪੇਸ਼ੈਂਟ ਨੂੰ ਵੀ ਜਦੋਂ ਤੁਸੀਂ ਸਾਡੇ ਕੋਲ ਦਵਾਈ ਲੈ ਗਏ, ਜਦੋਂ ਸਾਡੀ ਦਵਾਈ ਤੁਸੀਂ ਸ਼ੁਰੂ ਕਰ ਲਈ ਆ, ਇਹਨੂੰ ਖਾ ਲਿਆ, ਤੁਹਾਡੇ ਅੰਦਰ ਚਲ ਗਈ ਆ, ਘੰਟਾ ਡੇਢ ਘੰਟੇ ਬਾਅਦ ਤੁਸੀਂ ਆਪਣੀ ਹੈਲਥ ਬਾਰੇ, ਆਪਣੀ ਸਿਹਤ ਬਾਰੇ ਸਾਨੂੰ ਫੋਨ ਕਰਕੇ ਜ਼ਰੂਰ ਦੱਸਣਾ। ਪਰ ਇਹਦਾ ਉਲਟਾ ਹੀ ਹੁੰਦਾ ਜੀ, ਉਹ ਫੋਨ ਨਹੀਂ ਕਰਦੇ, ਫੋਨ ਕਰਨਗੇ ਉਹ ਸਾਨੂੰ 15-20 ਦਿਨਾਂ ਬਾਅਦ। ਦਵਾਈ ਪਹਿਲੇ ਦਿਨ ਖਾਣ ਨਾਲ ਕੀ ਹੋਇਆ? ਹਾਂ, 15-20 ਦਿਨ ਏਦਾਂ ਨਹੀਂ ਵੀ ਮਤਲਬ ਕਿ ਬੈਡ ਕੋਈ ਨਿਊਜ਼ ਸਾਨੂੰ ਦਿੰਦੇ ਆ, ਨਿਊਜ਼ ਸਾਨੂੰ ਉਹ ਵਧੀਆ ਦਿੰਦੇ ਆ ਕਿ ਠੀਕ ਆ, ਮੈਂ ਤਾਂ ਜੀ ਇੰਨੀ ਤੁਸੀਂ ਦੱਸੀ ਸੀ, ਮੈਂ ਇੰਨੀ ਖਾਣਾ, ਇੰਨਾ ਠੀਕ ਹੋ ਗਿਆ। ਇਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਗਲਤੀ ਆ ਕਿ ਉਹ ਡੋਜ਼ ਘਟਾ ਲੈਂਦੇ ਆ, ਫਿਰ ਕਿਤੇ ਨਾ ਕਿਤੇ ਥੋੜ੍ਹਾ ਟਾਈਮ ਖਾਣ ਬਾਅਦ ਉਹ ਫਿਰ ਵੀ ਅਡਿਕਟ
ਹੋ ਸਕਦੇ ਆ, ਕਿਉਂਕਿ ਜਿਹੜਾ ਕੋਰਸ ਅਸੀਂ ਦੱਸਦੇ ਹਾਂ ਕੋਰਸ ਨਿਰਧਾਰਿਤ ਕੋਰਸ ਆ ਜਿਹੜਾ ਪੂਰਾ ਕਰੇ ਤਾਂ ਫਿਰ ਉਹ ਬੰਦਾ ਕਦੇ ਮੁੜ ਕੇ ਅਡਿਕਟਡ ਨਹੀਂ ਹੋਊਗਾ। ਤੇ ਦੂਸਰੀ ਗੱਲ ਇਹ ਹੈਗੀ ਆ ਜੀ, ਜਦੋਂ ਅਸੀਂ ਕਾਲ ਕਰਦੇ ਆ ਉਹ ਫੇਰ ਵੀ ਨਹੀਂ ਫੋਨ ਚੱਕਦੇ, ਜਦੋਂ ਕਿ ਉਹਨਾਂ ਦਾ ਫੋਨ ਚੱਕਣਾ ਬਣਨਾ ਆ। ਫਿਰ ਜੇ ਅਸੀਂ ਕਹੀਏ ਕਸੂਰ ਦੀ ਗੱਲ, ਫਿਰ ਇੱਥੇ ਸਾਡਾ ਪ੍ਰਦੀਪ ਜੀ ਕੋਈ ਕਸੂਰ ਤਾਂ ਨਹੀਂ ਬਣਦਾ ਕਿ ਬਣਦਾ, ਜਦੋਂ ਸਾਡੇ ਨਾਲ ਕੰਟੈਕਟ ਨਹੀਂ ਕਰਦਾ ਮੁੜ ਕੇ, ਇੱਥੇ ਕੋਈ ਅਸੀਂ ਤਾਂ ਨਹੀਂ ਗੁਨਾਹਗਾਰ ਹੈ। ਪਰ ਇੱਥੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਤੁਸੀਂ ਆਪਣਾ ਇਲਾਜ ਜਾਂ ਟ੍ਰੀਟਮੈਂਟ ਜਾਂ ਐਡਿਕਸ਼ਨ ਚੋਂ ਜਿਹੜਾ ਬਾਹਰ ਆਉਣਾ ਚਾਹੁੰਦੇ ਹੋ ਤਾਂ ਜਿਹੜਾ ਵੈਦ ਜੀ ਉਹਨਾਂ ਦੇ ਨਾਲ ਪੂਰਾ ਸੰਪਰਕ ਰੱਖਿਆ ਕਰੋ। ਇੱਕ ਹੋਰ ਮੇਰਾ ਬਹੁਤ ਲਾਜ਼ਮੀ ਸਵਾਲ ਜਿਹੜਾ ਹੈਗਾ ਕਿ ਜਿੱਥੇ ਗੱਲ ਚਿੱਟੇ ਦੀ ਚੱਲਦੀ ਹੈ ਉੱਥੇ ਕਿਤੇ ਨਾ ਕਿਤੇ ਜਿਹੜੇ ਸ਼ਰਾਬ ਤੋਂ ਵੀ ਲੋਕ ਪਰੇਸ਼ਾਨ ਨੇ, ਜਾਂ ਜਿਵੇਂ ਤੁਹਾਨੂੰ ਇੰਟਰਵਿਊ ਤੋਂ ਪਹਿਲਾਂ ਇੱਕ ਫੋਨ ਆਇਆ ਹੋਇਆ ਸੀ ਕਿਸੇ ਬਜ਼ੁਰਗ ਦਾ ਕਿ ਮੈਂ ਡੋਡੇ ਛੱਡਣਾ ਚਾਹੁੰਦਾ ਹਾਂ ਪਰ ਛੱਡ ਨਹੀਂ ਪਾ ਰਿਹਾ, ਇਹ ਕੀ ਇਹ ਸਾਰਿਆਂ ਲਈ ਕਾਰਗਰ ਸਾਬਤ ਹੈ? ਬਿਲਕੁਲ ਪ੍ਰਦੀਪ ਜੀ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ, ਏਦਾਂ ਨਹੀਂ ਹੈ ਵੀ ਕਿਸੇ ਇੱਕ ਨਸ਼ੇ ਦੀ ਤੋੜ ਤੇ ਕੰਮ ਕਰਦਾ, ਕਿਸੇ ਵੀ ਤਰ੍ਹਾਂ ਦੇ ਨਸ਼ੇ ਨਾਲ ਜੀਵ ਅਡਿਕਟ ਹੈਗਾ, ਚਾਹੇ ਵੱਡਾ ਆ ਚਾਹੇ ਛੋਟਾ ਆ, ਚਾਹੇ ਉਹ 10 ਸਾਲ ਤੋਂ ਨਸ਼ਾ ਕਰ ਰਿਹਾ ਚਾਹੇ ਉਹ 40 ਸਾਲ ਤੋਂ, ਕਿੰਨੇ ਕਹਿੰਦੇ ਬਹੁਤ ਪੁਰਾਣਾ ਨਸ਼ਾ ਕਰਦੇ ਆ ਦੇਖ ਲਓ ਛੱਡ ਜਾਵਾਂਗੇ, ਮਤਲਬ ਇਸ ਚੀਜ਼ ਦੀ 99% ਗਰੰਟੀ ਆ ਕਿ ਉਹ ਪਹਿਲੇ ਦਿਨ ਤੋਂ ਹੀ ਛੱਡੂਗਾ, ਬਸ ਇਹੀ ਆ ਕਿ ਉਹ ਕੋਰਸ ਆਪਣਾ ਪੂਰਾ ਕਰਨ। ਬਾਕੀ ਗੱਲ ਤੁਸੀਂ ਕੀਤੀ ਆ ਐਲਕੋਹਲ ਦੀ, ਇਹਦਾ ਜਿਹੜਾ ਟ੍ਰੀਟਮੈਂਟ ਹੈਗਾ ਆ, ਹੁਣੇ ਹੁਣ ਮੈਨੂੰ ਕਾਲ ਆਈ ਸੀਗੀ ਤੇ ਹਿਆਲੇ ਪਿੰਡ ਦੇ ਉੱਤੋਂ, ਤੇ ਉੱਥੇ ਕੋਈ ਡਰਿੰਕ ਦਾ ਐਡਿਕਟਡ ਬੰਦਾ ਹੈਗਾ ਆ, ਪਹਿਲੇ 10 ਦਿਨਾਂ ਦੇ ਵਿੱਚ ਬਹੁਤ ਜਿਹੜੀ ਉਹਨਾਂ ਦੀ ਐਡਿਕਸ਼ਨ ਘਟ ਗਈ ਆ ਔਰ ਠੀਕ ਵੀ ਆ, ਕਲੀਨਿਕ ਤੇ ਬੈਠੇ ਆ, ਮੈਡੀਸਨ ਲੈਣ ਆਏ ਆ। ਸੋ ਜਿਹੜੀ ਇਹ ਐਡਿਕਟ ਡਰਿੰਕ ਦੀ ਆਪਾਂ ਗੱਲ ਕਰਦੇ ਆ, ਇਹਨੂੰ ਘੱਟੋ ਘੱਟ 3 ਮਹੀਨੇ ਲੱਗ ਜਾਂਦੇ ਆ, ਪਰ ਇਹਦੀ ਜਿਹੜੀ ਲੱਪ ਆ ਇਹਦੀ ਜਿਹੜੀ ਆਦਤ ਆ ਪਹਿਲੇ 10 ਦਿਨਾਂ ਤੋਂ ਹੀ ਬੰਦਾ ਛੱਡ ਜਾਂਦਾ, ਭਾਵੇਂ ਬੋਟਲ ਮੋਹਰੇ ਪਈ ਹੋਵੇ ਉਹਨੂੰ ਦੇਖ ਕੇ ਵੀ ਉਹਦਾ ਦਿਲ ਪੀਣ ਨੂੰ ਨਹੀਂ ਕਰੂਗਾ। 90 ਦਿਨਾਂ ਦਾ ਕੋਰਸ ਕਹਿ ਸਕਦੇ ਆ? ਬਿਲਕੁਲ ਜੀ ਬਿਲਕੁਲ। ਸੋ ਜੇ ਇਹ ਜਿਹੜੀ ਹੈ ਪ੍ਰੋਡਕਟ ਜੋ ਹੈਗਾ ਮੈਡੀਸਨ ਹੈਗੀ ਹੈ, ਜੇ ਕਿਸੇ ਨੇ ਪ੍ਰਾਪਤ ਕਰਨੀ ਹੋਵੇ ਤਾਂ ਉਹ ਤੁਹਾਨੂੰ ਕਿੱਥੇ ਤੇ ਕਿਵੇਂ ਮਿਲ ਸਕਦਾ? ਬਿਲਕੁਲ ਪ੍ਰਦੀਪ ਜੀ, ਆਪਣਾ ਐਮਰਾਜ ਆਯੁਰਵੇਦਾ ਆਰਕੇਆਰ ਹਰਬਲਸ ਦੇ ਨਾਂ ਤੇ ਆਪਣਾ ਜਿਹੜਾ ਇਹ ਕੇਅਰ ਸੈਂਟਰ ਹੈਗਾ ਆ, ਮੌਜੂਦ ਰਾਹੋਂ ਸ਼ਹਿਰ ਦੇ ਵਿੱਚ ਹੈਗਾ, ਡਿਸਟ੍ਰਿਕਟ ਨਵਾਂ ਸ਼ਹਿਰ ਰਾਹੋਂ ਦੇ ਵਿੱਚ ਮੌਜੂਦ ਹੈਗਾ, ਨਵਾਂ ਸ਼ਹਿਰ ਰੋਡ ਹੈਗਾ ਨੇੜੇ ਨੀਅਰ ਕੈਪਟਨ ਪੈਟਰੋਲ ਪੰਪ ਸਾਡੇ ਓਪੋਜਿਟ ਹੈਗਾ, ਨਾਲੇ 13-13 ਕਿਸਾਨ ਹੱਟ ਹੈਗਾ, ਬੜੀ ਸੌਖੀ ਜਿਹੀ ਲੋਕੇਸ਼ਨ ਆ, ਔਨ ਰੋਡ ਹੈਗੀ ਆ, ਬੜੇ ਈਜ਼ਲੀ ਜੇ ਆਪਾਂ ਸਾਡੀ ਲੋਕੇਸ਼ਨ ਤੇ ਆ ਸਕਦੇ ਹਾਂ।